ਅਸਮ ਬਾਈ ਜਦੋਂ ਸੋਹਣੀ ਨੂੰ ਘਰ ਦੇ ਵਿੱਚ ਆਉਂਦੀ ਹੈ ਨਾ, ਜਿਵੇਂ ਕਿ ਪੂਰੀਆਂ ਬੀਬੀਆਂ ਸ਼ਾਮ ਨੂੰ ਇਕੱਠੀਆਂ ਹੋ ਕੇ ਤੇ ਵੇਖਣ ਟੁਰ ਜਾਂਦੀਆਂ ਨੇ, ਐਸੇ ਤਰ੍ਹਾਂ ਜਦੋਂ ਇਹ ਮਸ਼ੀਨ ਲੱਗਦੀ ਹੈ ਨਾ, ਤੇ ਪੂਰੇ ਪਿੰਡ ਦੇ ਕੀ ਸ਼ਹਿਰ ਦੇ ਵੀ ਬੰਦੇ ਜਿਹੜੇ ਇਕੱਠੇ ਹੋ ਕੇ ਮਸ਼ੀਨ ਵੇਖਣ ਜਾਂਦੇ ਨੇ। ਇਹ ਚੈੱਕ ਕਰਦੇ ਪਏ ਹੋ ਨਾ ਮੁੱਚਾ, ਜਿਸ ਤਰ੍ਹਾਂ ਇਹ ਖਲੋਤੀਆਂ ਨੇ, ਅਲਹਮਦੁਲਿਲਾ ਅਸੀਂ ਵੀ ਆਪਣੇ ਅਦਾਰੇ 'ਚ ਐਸੇ ਤਰ੍ਹਾਂ ਹੀ ਡਟ ਕੇ ਖਲੋਤੇ ਆ, ਔਰ ਅਲਹਮਦੁਲਿਲਾ ਅਸੀਂ ਡਟ ਕੇ ਮੁਕਾਬਲਾ ਕਰ ਰਹੇ ਹਾਂ, ਨੰਬਰ 1 ਤੇ ਜਾ ਰਹੇ ਹਾਂ ਅੱਲਾ ਦਾ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਰਿਹਾਨ ਭਾਈ, ਕੈਸੇ ਹੈ? ਅਲਹਮਦੁਲਿਲਾ ਅੱਲਾ ਦਾ ਸ਼ੁਕਰ, ਠੀਕ ਠਾਕ। ਕਸਮ ਭਾਈ, ਸਭ ਪਹਿਲੇ ਤੋਂ ਨਾਜ਼ਰੀਨ ਕੋ ਆਪਣਾ ਤਾਰਫ ਕਰਾਈਏਗਾ। ਭਾਈ ਮੇਰਾ ਨਾਂ ਰਿਹਾਨ ਅਹਿਮਦ ਹੈ, ਔਰ ਸਾਡਾ ਇਦਾਰਾ ਯਾਨੀ ਕਿ ਕੰਪਨੀ ਸਾਡੀ ਟੈਕਨੀਕਲ ਇੰਜੀਨੀਅਰਿੰਗ ਡਸਕਾ ਦੇ ਵਿੱਚ ਸਾਡਾ ਸ਼ੋਰੂਮ ਹੈ, ਔਰ ਮੈਂ ਅੱਜ ਆਪਣੇ ਨਾਜ਼ਰੀਨ ਵਾਸਤੇ ਲੈ ਕੇ ਆਇਆ ਆਇਲ ਮਸ਼ੀਨ, ਔਰ ਸਾਡਾ ਉਹ ਇਦਾਰਾ ਹੈ ਸਭ ਤੋਂ ਪੁਰਾਣਾ ਡਸਕੇ ਦੇ ਵਿੱਚ, ਅਲਹਮਦੁਲਿਲਾ ਸਭ ਤੋਂ ਪੁਰਾਣਾ ਔਰ ਸਭ ਤੋਂ ਅਲਹਮਦੁਲਿਲਾ ਮਿਆਰੀ ਇਦਾਰਾ ਆਇਲ ਮਸ਼ੀਨ ਦੇ ਵਿੱਚ ਅਸੀਂ ਹਾਂ। ਅਲਹਮਦੁਲਿਲਾ ਡਸਕੇ ਦੇ ਵਿੱਚ ਸਭ ਤੋਂ ਪਹਿਲਾਂ ਆਇਲ ਮਸ਼ੀਨ ਤਿਆਰ ਕਰਨ ਵਾਲੇ ਅਸੀਂ ਹਾਂ, ਔਰ ਮੈਂ ਤੁਹਾਨੂੰ ਅੱਜ ਦਿਖਾਉਣਾ, ਵੇਖੋ ਚੈੱਕ ਕਰੋ, 1, 2, 3, 4, 5, 6 ਹਰ ਕਿਸਮ ਦਾ ਮਾਡਲ ਸਾਡੇ ਕੋਲ ਇਸ ਟਾਈਮ ਮੌਜੂਦ ਪਏ ਹੈ, ਔਰ ਅਲਹਮਦੁਲਿਲਾ ਇੰਨਾ ਜਿਹੜਾ ਪੂਰੇ ਡਸਕੇ ਦੇ ਵਿੱਚ ਤੁਹਾਨੂੰ ਕਿਸੇ ਕੋਲ ਕੋਈ ਮਾਡਲ ਤਿਆਰ ਅਵੇਲੇਬਲ ਨਹੀਂ ਮਿਲੇਗਾ, ਔਰ ਅੱਲਾ ਦਾ ਸ਼ੁਕਰ ਹੈ ਸਾਰੇ ਦੇ ਸਾਰੇ ਮਾਡਲ ਸੇਲ ਆਊਟ ਨੇ। ਨਾ ਗਿਆ ਸ਼ੋਰੂਮ ਦਾ ਸੈਂਪਲ ਹੈ, ਸੈਂਪਲ ਲੱਗਾ ਨਹੀਂ, ਇਹ ਜਿੰਨੇ ਵੀ ਤੁਸੀਂ ਮਾਡਲ ਦੇਖ ਰਹੇ ਹੋ ਨਾਜ਼ਰੀਨ ਸਾਰੇ ਸੇਲ ਹੋਏ ਹੋਏ ਨੇ। ਰਿਹਾਨ ਭਾਈ, ਇਹ ਦੱਸੋ ਕਿ ਇਸ ਤੋਂ ਪਹਿਲੇ ਵੀ ਆਇਲ ਮਸ਼ੀਨਾਂ ਤੁਸੀਂ ਦਿਖਾ ਰਹੇ ਹੋ ਲੋਕਾਂ ਨੂੰ, ਅੱਜ ਜਿਹੜੀਆਂ ਮਸ਼ੀਨਾਂ ਦਿਖਾਈਆਂ, ਜੇ ਇਹ ਦਿਖਾਉਣ ਦਾ ਕੀ ਮਕਸਦ ਸੀ? ਅਸਮ ਬਾਈ ਵੇਖੋ, ਅੱਜ ਤੱਕ 2-2.5-3 ਸਾਲ ਪਹਿਲੇ ਤੋਂ ਅਸੀਂ ਅਲਹਮਦੁਲਿਲਾ ਆਇਲ ਮਸ਼ੀਨ ਤਿਆਰ ਕਰ ਰਹੇ ਹਾਂ। ਜੀ, ਤੁਸੀਂ ਵੀ ਦੇਖ ਚੁੱਕੇ ਹੋ ਜਿਸ ਤਰ੍ਹਾਂ ਵਕਤ ਚੇਂਜ ਹੋ ਰਿਹਾ ਹੈ, ਮਾਹੌਲ ਚੇਂਜ ਹੋ ਰਿਹਾ, ਇਸੇ ਤਰ੍ਹਾਂ ਮਸ਼ੀਨ ਦੇ ਵਿੱਚ ਵੀ ਚੇਂਜਿੰਗ ਆ ਰਹੀ ਹੈ, ਮਾਡਲ ਚੇਂਜ ਕੀਤਾ ਹੈ, ਇਹਦਾ ਕੁਲੀਆ ਚੇਂਜ ਕੀਤਾ ਗਿਆ ਹੈ। ਫਰਜ਼ ਕਰ ਲਓ ਤੁਸੀਂ ਇੱਕ ਮੋਟਾ ਜਿਹਾ, ਫਰਜ਼ ਕਰ ਲਓ ਗੁੱਲੀ ਦੇ ਉੱਤੋਂ ਪਾਪੜੀ ਦੇ ਤੱਕ ਕਨਵਰਟ ਹੋਏ, ਠੀਕ ਹੈ, ਉਸ ਤੋਂ ਬਾਅਦ ਅਸੀਂ ਮਸ਼ੀਨ ਦੇ ਅੰਦਰ ਦੀ ਵੀ ਚੇਂਜਿੰਗ ਕੀਤੀ ਹੈ, ਮਸ਼ੀਨ ਦੇ ਅੰਦਰ ਹੋਰ ਬਿਹਤਰੀ ਆਈ ਹੈ, ਜਿਸ ਤਰ੍ਹਾਂ ਕਹਿੰਦੇ ਨੇ ਬੰਦਾ ਕੰਮ 'ਚ ਵੜਦਾ ਉਸ ਤਰ੍ਹਾਂ ਮਸ਼ੀਨ ਦੀ ਬਿਹਤਰੀ ਲੈ ਕੇ ਆਏ ਹਾਂ ਅਸੀਂ, ਔਰ ਨਵਾਂ ਮਾਡਲ ਅਸੀਂ ਇਹ ਤਿਆਰ ਕੀਤਾ ਜੀ। ਇਹ ਚੈੱਕ ਕਰੋ, ਇਹਦੇ ਨਾਲ ਜਿਹੜਾ ਅਲਹਮਦੁਲਿਲਾ 5 horsepower ਦੀ ਮੋਟਰ ਲੱਗੀ ਹੈ, 3 inch ਮੋਟਾ ਵਰਮ ਹੈ, 1 ਘੰਟੇ ਦੇ ਵਿੱਚ ਜਿਹੜਾ ਨਾ ਇਹਦੀ 40 ਕਿਲੋ ਪ੍ਰੋਡਕਸ਼ਨ ਹੈ, ਯਾਨੀ ਕਿ 40 ਕਿਲੋ ਸਰੋਂ ਪਿਸਾਈ ਕਰਦੀ ਹੈ, ਔਰ ਇਹਦੇ ਨਾਲ ਲੱਗੀ ਹੈ ਟੈਂਕੀ ਬਣਾ ਦਿੱਤੀ ਹੈ, ਚੈੱਕ ਕਰੋ ਟੈਂਕੀ ਬਣਾ ਦਿੱਤੀ ਗਈ ਹੈ, ਜਿੰਨਾ ਵੀ ਤੁਸੀਂ ਆਇਲ ਨਿਕਾਲਦੇ ਹੋ ਨਿਕਲਦਾ ਹੈ, ਇਹ ਸਾਰਾ ਆਇਲ ਜਿਹੜਾ ਤੁਹਾਡਾ ਹੈ, ਇਹ ਟ੍ਰੇ ਲੱਗੀ ਹੈ ਜਾਲੀ ਪਲੇਟ, ਇਹਦੇ ਅੰਦਰ ਜਿਹੜਾ ਆਇਲ ਜਮ੍ਹਾਂ ਹੋ ਜਾਏਗਾ। ਜੀ, ਇਹ ਚੈੱਕ ਕਰੋ, ਔਰ ਇਸ ਟੈਂਕੀ ਦੇ ਅੰਦਰ ਜਿਹੜਾ ਨਾ ਅਲਹਮਦੁਲਿਲਾ 35-40 ਕਿਲੋ ਆਇਲ ਤੁਹਾਡਾ ਸੇਵ ਹੋ ਜਾਏਗਾ। ਜ਼ਬਰਦਸਤ, ਪਹਿਲੇ ਕੀ ਸੀ ਇਹਦੇ ਨਾਲ ਟ੍ਰੇ ਲੱਗਦੀ ਸੀ, ਟ੍ਰੇ ਲੱਗ ਕੇ ਸਾਈਡ ਤੇ ਬਾਲਟੀ ਰੱਖ ਦਿੱਤੀ, ਪਲਾਸਟਿਕ ਦੀ, ਲੋਹੇ ਦੀ, ਕੋਈ ਵੀ ਚੀਜ਼ ਰੱਖ ਦਿੰਦੇ, ਉਹਦੇ ਅਕਸਰ ਹੁੰਦਾ ਸੀ ਆਪਣਾ ਹੀ ਪੈਰ ਵੱਜ ਕੇ ਤੇਲ ਰੋੜ ਜਾਂਦਾ, ਨੁਕਸਾਨ ਹੋ ਜਾਂਦਾ ਸੀ। ਜੀ, ਕਸਟਮਰ ਵਾਸਤੇ ਇਹ ਸਹੂਲਤ ਕਰ ਦਿੱਤੀ ਹੈ, ਇਹ ਹੀ ਸਮਝੋ ਕਿ ਮਸ਼ੀਨ ਦੇ ਨਾਲ ਆਇਲ ਟੈਂਕੀ ਅਸੀਂ ਫ੍ਰੀ ਦੇ ਰਹੇ ਹਾਂ। ਜੀ ਅਸਮ ਬਾਈ, ਬਿਲਕੁਲ ਠੀਕ ਹੋ ਗਿਆ, ਮੈਂ ਆਪਣੇ ਨਾਜ਼ਰੀਨ ਨੂੰ ਹਰ ਚੀਜ਼ ਡਿਟੇਲ ਦੇ ਨਾਲ ਸ਼ੇਅਰ ਕਰ ਦਿੰਦੇ ਹਾਂ। ਸਭ ਤੋਂ ਪਹਿਲੇ ਅਸੀਂ ਜਾਂਦੇ ਹਾਂ ਵੱਡੀ ਮਸ਼ੀਨ ਵੱਲ। ਜੀ ਜੀ, ਯਾਨੀ ਕਿ ਇਹਨੂੰ ਤੁਸੀਂ ਘੋੜਾ ਮਸ਼ੀਨ ਵੀ ਕਹਿ ਸਕਦੇ ਹੋ, ਇਹ ਦੇਖੋ ਮੇਰੀ ਹਾਈਟ ਦੇ ਬਰਾਬਰ ਆ ਰਹੀ ਹੈ, ਜ਼ਬਰਦਸਤ ਹੋ ਗਿਆ, ਔਰ ਇਹਦਾ ਜਿਹੜਾ ਹਾਪਰ ਹੈ ਇਹਦੇ ਅੰਦਰ 1 ਮਨ ਤੋਂ ਜ਼ਿਆਦਾ ਤੁਸੀਂ ਜਿਹੜਾ ਨਾ ਸਰਸੋਂ ਪਾ ਕੇ ਸਾਈਡ ਤੇ ਬਹਿ ਜਾਵੋ, ਤੁਹਾਨੂੰ ਕਿਸੇ ਕਿਸਮ ਦੀ ਕੋਈ ਟੈਨਸ਼ਨ ਨਹੀਂ, ਮਸ਼ੀਨ ਨੇ ਆਪ ਚੱਲਦੇ ਜਾਣਾ, ਤੇਲ ਕੱਢਦੇ ਜਾਣਾ, ਤੁਸੀਂ ਆਪਣੇ ਨਾਲ 50 ਕੰਮ ਮੁਕਾ ਲਵੋ। ਜ਼ਬਰਦਸਤ ਹੋ ਗਿਆ, ਜ਼ਬਰਦਸਤ ਹੋ ਗਿਆ ਨਾ, ਬਾਰ ਬਾਰ ਤੁਸੀਂ ਮਾਲ ਨਹੀਂ ਪਾਣਾ, 10 ਕਿਲੋ 15 ਕਿਲੋ ਵਾਲਾ ਗੱਲ ਕੋਈ ਨਹੀਂ ਇਹਦੇ 'ਚ, ਮਨ ਤੋਂ ਉੱਤੇ ਜਿਹੜਾ ਨਾ ਇਹਦੇ 'ਚ ਤੋੜਾ ਤੁਸੀਂ ਲੁੱਧਦੇ ਹੋ ਤੇ ਬਹਿ ਜਾਓ ਸਾਈਡ ਤੇ, ਠੀਕ ਹੈ। ਇਹਨੂੰ 5 horsepower ਦੀ ਮੋਟਰ ਲੱਗੀ ਜੇ, ਔਰ 3 inch ਮੋਟਾ ਵਰਮ ਹੈ, ਜ਼ਬਰਦਸਤ ਹੋ ਗਿਆ, 1 ਘੰਟੇ ਦੇ ਵਿੱਚ 40 ਕਿਲੋ ਦੀ ਗਰੰਟੀ ਸਾਡੀ ਹੋਏਗੀ, ਔਰ ਇਨਸ਼ਾਅੱਲਾ ਅਗਲੇ ਘਰ ਜਾ ਕੇ 40 ਕਿਲੋ ਤੋਂ 5-10 ਕਿਲੋ ਵੱਧ ਮਾਲ ਕੱਢੇਗੀ। ਜ਼ਬਰਦਸਤ ਹੋ ਗਿਆ, ਔਰ ਇਹ ਮੁਕੰਮਲ ਮਸ਼ੀਨ ਜਿਹੜਾ ਸਟੇਨਲੈਸ ਸਟੀਲ ਦੇ ਵਿੱਚ ਤਿਆਰ ਕੀਤੀ ਗਈ ਹੈ, ਠੀਕ ਹੈ, ਠੀਕ ਹੈ, ਔਰ ਇਹਦਾ ਇਹ ਇਲੈਕਟ੍ਰਿਕ ਪੈਨਲ ਹੈ, ਠੀਕ ਹੈ, ਮੈਂ ਨਾਜ਼ਰ ਨੂੰ ਖੋਲ ਕੇ ਚੈੱਕ ਕਰਵਾ ਸਕਦਾ ਵਾਂ,
ਇਹ ਤੁਸੀਂ ਚੈੱਕ ਕਰੋ ਮੁਕੰਮਲ ਜਿਹੜਾ ਨਾ ਇਹਦਾ ਇਲੈਕਟ੍ਰਿਕ ਪੈਨਲ ਇਹਦੇ ਵਿੱਚ ਕੰਮ ਹੋਇਆ, ਜਪਾਨੀ ਇਨਵਰਟਰ ਲੱਗਾ ਹੈ, 3-phase ਮੋਟਰ ਹੈ, 1-phase ਕਨੈਕਸ਼ਨ ਤੇ ਚੱਲ ਰਹੀ ਹੈ, ਜ਼ਬਰਦਸਤ ਹੋ ਗਿਆ ਠੀਕ ਹੈ। ਇਸ ਤੋਂ ਇਲਾਵਾ ਜਿਹੜਾ ਨਾ ਅਗਰ ਕਿਸੇ ਭਾਈ ਨੂੰ ਸਟੇਨਲੈਸ ਸਟੀਲ 'ਚ ਨਹੀਂ ਚਾਹੀਦੀ, ਇਨਵੈਸਟਮੈਂਟ ਘੱਟ ਹੈ ਉਹਦੇ ਕੋਲ, ਲੇਕਿਨ ਪ੍ਰੋਡਕਸ਼ਨ ਉਹਨੂੰ 40 ਕਿਲੋ ਚਾਹੀਦੀ ਹੈ, ਉਹ ਸਾਡੇ ਕੋਲੋਂ ਲੋਹੇ ਦੇ ਵਿੱਚ ਵੀ ਖਰੀਦ ਸਕਦਾ, ਜਿਸ ਤਰ੍ਹਾਂ ਕਿ ਨਵਾਂ ਮਾਡਲ ਪਏ ਆ ਨਾਲ ਇਹਦੇ, ਠੀਕ ਹੈ। ਇਹ ਮੁਕੰਮਲ ਮਸ਼ੀਨ ਜਿਹੜਾ ਲੋਹੇ ਦੇ ਵਿੱਚ ਤਿਆਰ ਹੋਈ ਹੈ, ਜ਼ਬਰਦਸਤ ਹੋ ਗਿਆ। ਇਹਦਾ ਮੁਕੰਮਲ ਚੈਂਬਰ ਹੈ ਉਹ ਵੀ ਲੋਹੇ ਦੇ ਵਿੱਚ ਹੈ, 5 horsepower ਦੀ ਇਹਨੂੰ ਮੋਟਰ ਲੱਗੀ ਹੈ, ਸੇਮ ਪ੍ਰੋਡਕਸ਼ਨ ਹੈ, ਸੇਮ ਸਾਈਜ਼ ਹੈ, ਕਿਸੇ ਚੀਜ਼ ਦਾ ਕੋਈ ਫਰਕ ਨਹੀਂ, ਸਿਰਫ ਕੀ ਹੈ ਕਿ ਲੋਹੇ ਦਾ ਸਟੀਲ ਦਾ ਫਰਕ ਹੈ, ਵਰਕਿੰਗ ਉਹੀ ਹੈ, ਨਾ ਇਹਦੇ 'ਚ ਕੋਈ ਤੇਲ ਦਾ ਕੋਈ ਫਰਕ ਪੈਣਾ ਵੇ, ਨਾ ਕਿਸੇ ਹੋਰ ਸੂਰਜਮੁਖੀ ਕੱਢ ਲਓ ਤਿਲ ਕੱਢ ਲਓ, ਕੋਈ ਫਰਕ ਨਹੀਂ ਪੈਣਾ, ਠੀਕ ਹੈ। ਸਾਈਜ਼ ਦੀ ਉਹੀ ਆਣੀ ਹੈ, ਇੱਕ ਇਹ ਹੋ ਗਈ ਹੈ। ਫਿਰ ਉਸ ਤੋਂ ਬਾਅਦ ਇੱਕ ਛੋਟਾ ਮਾਡਲ ਆ ਜਾਂਦਾ, ਜਿਹੜਾ ਕੋਈ ਛੋਟਾ ਲੈਣਾ ਚਾਹੁੰਦਾ ਵੀ, ਛੋਟੇ ਲੈਵਲ ਤੇ ਕੰਸਾਰ ਵਗੈਰਾ ਰੱਖਣਾ ਚਾਹੁੰਦਾ ਆਪਣੇ ਕੋਲ, ਉਹ ਇਹਨੂੰ ਲੈ ਸਕਦਾ ਹੈ। ਇਹ ਮੈਂ ਤੁਹਾਨੂੰ ਚੈੱਕ ਕਰਵਾਉਂਦਾ, ਜ਼ਬਰਦਸਤ ਹੈ ਜੀ। ਇਹਨੂੰ 2 horsepower ਦੀ ਮੋਟਰ ਲੱਗੀ ਹੈ, 2 ਇੰਚ ਦਾ ਮੋਟਾ ਵਰਮ ਹੈ, 1 ਘੰਟੇ ਦੇ ਵਿੱਚ ਜਿਹੜਾ ਨਾ 20 ਕਿਲੋ ਦੀ ਗਰੰਟੀ ਸਾਡੀ ਹੈ ਪਿਸਾਈ ਦੀ ਸਰਸੋਂ ਦੀ, ਠੀਕ ਹੈ। ਇਨਸ਼ਾਅੱਲਾ 20 ਤੋਂ 2-4 ਕਿਲੋ ਉੱਤੇ ਹੀ ਕੱਢੇਗੀ, ਠੀਕ ਹੈ। ਦੂਸਰੇ ਨੰਬਰ ਤੇ ਇੱਕ ਇਹ ਮਾਡਲ ਹੈ, ਇਹ ਵੀ ਛੋਟੀ ਮਸ਼ੀਨ ਹੈ, 2 horsepower ਦੀ ਇਹਨੂੰ ਮੋਟਰ ਲੱਗੀ ਹੈ, ਠੀਕ ਹੈ, 2 ਇੰਚੀ ਮੋਟਾ ਵਰਮ ਹੈ, ਜ਼ਬਰਦਸਤ। ਔਰ ਇਹਦੇ 'ਚ ਤੇ ਇਹਦੇ 'ਚ ਫਰਕ ਕੀ ਹੈ ਜੀ? ਜੀ ਇਹ ਜਿਹੜੀ ਇਹ ਗੁੱਲੀ ਨਮਾ ਦੇ ਵਿੱਚ, ਠੀਕ ਹੈ, ਕਿਸੇ ਭਾਈ ਨੂੰ ਗੁੱਲੀ ਸ਼ਕਲ ਦੇ ਵਿੱਚ ਗੁੱਲੀ ਖਲ ਚਾਹੀਦੀ ਹੈ, ਉਹ ਇਹ ਮਸ਼ੀਨ ਲੈ ਸਕਦਾ ਹੈ, ਠੀਕ ਹੈ। ਲੋਹੇ 'ਚ ਚਾਹੀਦੀ, ਸਟੀਲ 'ਚ ਚਾਹੀਦੀ, ਜਿਸ ਤਰ੍ਹਾਂ ਚਾਹੀਦੀ ਮਿਲੇਗੀ, ਠੀਕ ਹੈ। ਅਲਹਮਦੁਲਿਲਾ ਟੈਕਨੀਕਲ ਇੰਜੀਨੀਅਰਿੰਗ ਦਸਕਾ ਤੇ ਹਰ ਸਹੂਲਤ ਮੌਜੂਦ ਹੈ, ਜਿਸ ਤਰ੍ਹਾਂ ਦੀ ਕਸਟਮਰ ਤਿਆਰ ਕਰਵਾਉਣਾ ਚਾਹੁੰਦਾ ਹੈ ਉਹ ਤਿਆਰ ਹੋ ਸਕਦੀ ਹੈ, ਜ਼ਬਰਦਸਤ। ਕੋਈ ਇਹ ਚੀਜ਼ ਨਹੀਂ ਕਿ ਬਈ ਅਸੀਂ ਜੋ ਪਿਆ ਇਹ ਹੀ ਹੈ, ਕਸਟਮਰ ਦੇ ਮੁਤਾਬਕ ਤਿਆਰ ਨਹੀਂ ਕਰ ਸਕਦੇ, ਹਰ ਚੀਜ਼ ਤਿਆਰ ਹੋਏਗੀ ਜਿਸ ਤਰ੍ਹਾਂ ਕਸਟਮਰ ਕਹੇਗਾ। ਇਹ ਜਿਹੜੀ ਮਸ਼ੀਨ ਹੈ ਇਹ ਪਾਪੜੀ ਦੇ ਵਿੱਚ ਹੈ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਜ਼ਬਰਦਸਤ। ਔਰ ਵੀਡੀਓ ਦੇ ਵਿੱਚ ਇਹਦੀ ਪ੍ਰੈਕਟੀਕਲ ਵੀ ਦਿਖਾਇਆ ਗਿਆ ਲਾਈਵ, ਇਹ ਪਾਪੜੀ ਦੇ ਵਿੱਚ ਹੈ, ਅਗਰ ਪਾਪੜੀ ਚਾਹੀਦੀ ਪਾਪੜੀ 'ਚ ਮਿਲ ਸਕਦੀ ਹੈ। ਉਸ ਤੋਂ ਬਾਅਦ ਇੱਕ ਇਹ ਛੋਟੀ ਮਸ਼ੀਨ ਹੈ, ਇਹ ਵੀ ਛੋਟੇ ਸਾਈਜ਼ ਦੇ ਵਿੱਚ ਹੈ, ਜ਼ਬਰਦਸਤ ਜ਼ਬਰਦਸਤ। ਇਹ ਵੀ 1 ਘੰਟੇ ਦੇ ਵਿੱਚ 20 ਕਿਲੋ ਪਿਸਾਈ ਕਰਦੀ ਹੈ, ਠੀਕ ਹੈ। ਇਹਦੇ ਤੁਸੀਂ ਤਿਲਾਂ ਦਾ ਤੇਲ ਕੱਢ ਲਓ, ਅਲਸੀ ਦਾ ਕੱਢ ਲਓ, ਸੂਰਜਮੁਖੀ ਦਾ ਕੱਢ ਲਓ, ਬਦਾਮ ਦਾ ਕੱਢ ਲਓ, ਯਾਨੀ ਕਿ ਕਿਸੇ ਵੀ ਚੀਜ਼ ਦਾ ਆਇਲ ਕੱਢ ਸਕਦੇ ਹੋ ਜਿਸ ਬੀਜ ਦੇ ਵਿੱਚੋਂ ਆਇਲ ਨਿਕਲਦਾ ਹੈ। ਇਹਦੇ ਵਿੱਚ ਨਾ ਤੁਹਾਨੂੰ ਵਰਮ ਚੇਂਜ ਕਰਨ ਦੀ ਜ਼ਰੂਰਤ ਪੈਣੀ, ਨਾ ਨੋਜ਼ਲ ਚੇਂਜ ਕਰਨ ਦੀ ਜ਼ਰੂਰਤ ਪੈਣੀ ਹੈ, ਨਾ ਕੋਈ ਮੋਟਰ ਦੀ ਚੇਂਜ ਕਰਨ ਦੀ ਜ਼ਰੂਰਤ ਪੈਣੀ ਹੈ। ਇੱਕ ਮਸ਼ੀਨ 50 ਕੰਮ ਨੇ, ਜ਼ਬਰਦਸਤ ਹੋ ਗਿਆ ਜ਼ਬਰਦਸਤ। ਰਿਹਾਨ ਸਾਹਿਬ ਡਿਟੇਲ ਤੇ ਤੁਸੀਂ ਦੱਸ ਦਿੱਤੀ, ਹੁਣ ਪੈਸਿਆਂ ਦੀ ਰੇਂਜ ਵੀ ਦੱਸੋ ਕਿ ਕਿੰਨੇ ਪੈਸੇ ਹੋਣ ਤੇ ਛੋਟੀ ਮਸ਼ੀਨ ਆਏਗੀ, ਕਿੰਨੇ ਪੈਸੇ ਹੋਣ ਤੇ ਵੱਡੀ ਮਸ਼ੀਨ ਆਏਗੀ? ਅਸਲ ਬਈ ਮੈਂ ਛੋਟੀ ਜੀ ਗੱਲ ਕਰਨਾ ਵਾ, ਸਭ ਤੋਂ ਛੋਟੀ ਮਸ਼ੀਨ ਜਿਹੜੀ ਹੈ ਨਾ ਸਾਡੀ 2 ਲੱਖ ਤੋਂ ਸਟਾਰਟ ਹੋ ਰਹੀ ਹੈ ਜੀ, ਠੀਕ ਹੈ, ਲੋਏ ਚ ਐਡ ਕਰਕੇ ਵੱਡੀ ਮਸ਼ੀਨ ਤੱਕ ਜਿਹੜਾ ਸਾਡੀ 4.5 ਲੱਖ ਤੱਕ ਹੈ। 2 ਤੋਂ 4.5 ਲੱਖ ਦੇ ਵਿੱਚ ਕੋਈ ਵੀ ਮਸ਼ੀਨ ਕਸਟਮਰ ਤਿਆਰ ਕਰਵਾਉਣਾ ਚਾਹੁੰਦਾ ਹੈ, ਜਿਸ ਤਰ੍ਹਾਂ ਤਿਆਰ ਕਰਵਾਉਣਾ ਚਾਹੁੰਦਾ ਹੈ, ਲੋਹਾ ਸਟੀਲ ਫਰੇਮ ਲੋਹੇ ਦਾ ਚੈਂਬਰ ਸਟੀਲ ਦਾ, ਉਹਦੇ ਮੁਤਾਬਕ ਫਿਰ ਪੈਸੇ ਹੋ ਜਾਣਗੇ। ਯਾਨੀ ਕਿ ਕਹਿਣ ਦਾ ਮਤਲਬ 2 ਲੱਖ ਤੋਂ ਸਟਾਰਟ ਹੋ ਕੇ 4.5 ਲੱਖ ਤੱਕ, ਠੀਕ ਹੈ। ਅਗਰ ਕਿਸੇ ਕਸਟਮਰ ਨੂੰ 80 ਕਿਲੋ ਜਾਂ 100 ਕਿਲੋ ਦੀ ਕਪੈਸਿਟੀ ਤੱਕ ਮਸ਼ੀਨ ਚਾਹੀਦੀ ਹੈ, ਟੈਕਨੀਕਲ ਇੰਜੀਨੀਅਰਿੰਗ ਦਸਕਾ ਤੇ ਅਵੇਲੇਬਲ ਹੋਏਗੀ, ਉਹ ਵੀ ਕਸਟਮਰ ਨੂੰ ਤਿਆਰ ਕਰਕੇ ਦਿੱਤੀ ਜਾਏਗੀ, ਉਹ ਫਿਰ ਲੋਹੇ ਦੀ ਜਾਂ ਸਟੀਲ ਦੀ ਜੋ ਉਹਦੀ ਪ੍ਰਾਈਸ ਹੋਏਗੀ ਉਹ ਮੌਕੇ ਦੇ ਉੱਤੇ ਦੱਸੀ ਜਾਏਗੀ, ਠੀਕ ਹੋ ਗਿਆ। ਰਿਹਾਨ ਸਾਹਿਬ ਗੁਫ਼ਤਗੂ ਕਾਫੀ ਹੋ ਗਈ ਹੈ, ਦੱਸੋ ਕਿ ਮਸ਼ੀਨਾਂ ਫਰਜ਼ ਕਰੋ ਕੋਈ ਬੰਦਾ ਲਗਾ ਲੈਂਦਾ ਹੈ ਤੇ ਕੋਈ ਮਸਲਾ ਮਸਾਇਲ ਆਏਗਾ ਤੇ ਸਰਵਿਸ ਵੀ ਪ੍ਰੋਵਾਈਡ ਕਰਦੇ ਹੋ, ਸਪੇਅਰ ਪਾਰਟਸ ਜਿਹੜੇ ਨੇ ਉਹ ਵੀ ਲੋਕਾਂ ਨੂੰ ਦੇ ਰਹੇ ਹੋ? ਜੀ ਆਸਮ ਭਾਈ ਬਿਲਕੁਲ, ਦੇਖੋ ਅਗਰ ਅਸੀਂ ਮਸ਼ੀਨ ਤਿਆਰ ਕਰ ਰਹੇ ਹਾਂ, ਕਸਟਮਰ ਸਾਡੇ ਕੋਲ ਲੈ ਕੇ ਜਾਂਦਾ ਔਰ ਸਾਡਾ ਹੱਕ ਬਣਦਾ ਹੈ ਕਿ ਉਹਨੂੰ ਕਿਸੇ ਵੀ ਕਿਸਮ ਦੀ ਜ਼ਰੂਰਤ ਹੈ ਉਹਨੂੰ ਚੀਜ਼ ਮੁਹੱਈਆ ਕੀਤੀ ਜਾਵੇ। ਅਗਰ ਉਹਨੂੰ ਚੀਜ਼ ਮਸ਼ੀਨ 'ਚ ਮਸਲਾ ਆ ਰਿਹਾ, ਚਲਾਉਣ ਦਾ ਤਰੀਕਾ ਘਰ ਨਹੀਂ ਪਤਾ ਲੱਗ ਰਿਹਾ, ਬਕਾਇਦਾ ਲੜਕਾ ਉੱਥੇ ਜਾ ਕੇ ਚਲਾ ਕੇ ਦੇ ਕੇ ਆਏਗਾ, ਠੀਕ ਹੋ ਗਿਆ। ਉਸ ਤੋਂ ਇਲਾਵਾ ਕਿਸੇ ਚੱਲ ਆਉਂਦਾ ਹੈ, ਸਾਲ 6 ਮਹੀਨੇ ਚਲਾਉਂਦਾ ਹੈ,
ਵਰਮ ਘਸ ਜਾਂਦਾ ਹੈ, ਜਾਲੀ ਘਸ ਜਾਂਦੀ ਹੈ, ਉਹ ਰਿਪੇਅਰ ਕਰਵਾਉਣਾ ਚਾਹੁੰਦਾ ਜਾਂ ਨਿਆਂ ਬਣਵਾਉਣਾ ਚਾਹੁੰਦਾ, ਉਹ ਵੀ ਸਾਡੇ ਕੋਲ ਰਾਬਤਾ ਕਰ ਸਕਦਾ, ਸਾਡੇ ਕੋਲ ਬਣਵਾ ਸਕਦਾ। ਔਰ ਬਿਲਫਰਜ਼ ਅਗਰ ਉਹ ਸਾਡੀ ਮਸ਼ੀਨ ਕੋਈ ਕਸਟਮਰ ਨਹੀਂ ਚਲਾ ਰਿਹਾ ਜੀ ਜੀ, ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਨੋਜ਼ਲ ਦੀ, ਵਰਮ ਦੀ ਜਾਂ ਜਾਲੀ ਦੀ, ਉਹ ਵੀ ਸਾਡੇ ਕੋਲੋਂ ਤਿਆਰ ਕਰਵਾ ਸਕਦਾ। ਇਹ ਨਹੀਂ ਕਿ ਸਾਡਾ ਮਾਡਲ ਹੈ ਤੇ ਅਸੀਂ ਆਪਣਾ ਹੀ ਮਾਡਲ ਤਿਆਰ ਕਰਨਾ, ਨਹੀਂ, ਕਿਸੇ ਦੀ ਮਸ਼ੀਨ ਅਸੀਂ ਉਹ ਵੀ ਰਿਪੇਅਰ ਕਰ ਸਕਦੇ ਹਾਂ, ਅਲਹਮਦੁਲਿਲਾਹ। ਜ਼ਬਰਦਸਤ ਹੋ ਗਿਆ, ਜ਼ਬਰਦਸਤ। ਅੱਛਾ, ਲਾਸਟ ਤੇ ਆਪਣਾ ਐਡਰੈਸ ਤੇ ਫੋਨ ਨੰਬਰ ਤੇ ਦੱਸੋ ਕਿ ਜਿਸ ਤਰ੍ਹਾਂ ਜਿਹੜੇ ਲੋਕ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ ਕਿਸ ਤਰ੍ਹਾਂ ਤੁਹਾਡੇ ਨਾਲ ਰਾਬਤਾ ਕਰਨ। ਅਸਮ ਜੈਸਾ ਕਿ ਸਕਰੀਨ ਦੇ ਉੱਤੇ ਵੀ ਸਾਡਾ ਨੰਬਰ ਚੱਲ ਰਿਹਾ, ਮੈਂ ਰਿਪੀਟ ਵੀ ਕਰਵਾ ਦਿੰਦਾ ਵਾਂ। ਡਸਕਾ ਦੇ ਵਿੱਚ ਸਾਡਾ ਸ਼ੋਅਰੂਮ ਹੈ, ਟੈਕਨੀਕਲ ਇੰਜੀਨੀਅਰਿੰਗ ਡਸਕਾ, ਨਜ਼ ਸ਼ਹਿੰਟੋਨ, ਠੀਕ ਹੈ। ਮੋਬਾਈਲ ਨੰਬਰ 0324-61-958, ਦੂਸਰਾ ਨੰਬਰ ਨੋਟ ਕਰ ਲਓ 0304-96-54-095। ਯਾਨੀ ਇਹ ਦੋ ਨੰਬਰਾਂ ਤੇ ਰਾਬਤਾ ਕਰਕੇ, ਕਿਸੇ ਵੀ ਨੰਬਰ ਤੇ ਕੋਈ ਵੀ ਭਾਈ ਰਾਬਤਾ ਕਰਨਾ ਚਾਹੁੰਦਾ ਹੈ, ਰਾਬਤਾ ਕਰੇ। ਇਹਨਾਂ ਨੰਬਰਾਂ ਤੇ ਸਾਡਾ ਵਟਸਐਪ ਬਣਿਆ ਹੈ, ਵਟਸਐਪ ਦੀ ਡਿਟੇਲ ਚਾਹੀਦੀ ਹੈ, ਵਟਸਐਪ ਦੀ ਡਿਟੇਲ ਮਿਲ ਜਾਏਗੀ। ਅਗਰ ਕੋਈ ਸਾਡੇ ਕੋਲ ਆਉਣਾ ਚਾਹੁੰਦਾ, ਗੁਜਰਾਂਵਾਲਾ ਰੋਡ ਦੇ ਉੱਤੇ ਸਾਡਾ ਸ਼ੋਅਰੂਮ ਹੈ, ਟੈਕਨੀਕਲ ਇੰਜੀਨੀਅਰਿੰਗ ਡਸਕਾ।